ਪਟਿਆਲਾ ਵਿੱਚ ਅਕਾਲੀ ਦਲ ਬੀਜੇਪੀ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਬੀਜੇਪੀ ਦੇ ਸੀਨੀਅਰ ਮੀਤ ਪ੍ਰਧਾਨ ਰਣਜੀਤ ਸਿੰਘ ਗਰੇਵਾਲ ਹਾਜ਼ਰ ਰਹੇ। 11 ਤਰੀਕ ਨੂੰ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਰੈਲੀ ਹੋਣੀ ਹੈ, ਪੋਲ ਖੋਲ ਰੈਲੀ, ਉਹਦੇ ਸੰਬੰਧ ਵਿੱਚ ਹੋਈ ਹੈ ਔਰ ਇੰਨਾ ਉਤਸ਼ਾਹ ਹੈ ਸਾਰੇ ਵਰਕਰਾਂ ਦੇ ਵਿੱਚ ਕਿ ਤੁਸੀਂ ਦੇਖਿਆ ਹੈ ਕਿ ਪਹਿਲੀ ਵਾਰ ਹੋਣਾ ਹੈ ਕਿ ਸਾਰੇ ਵਰਕਰ ਹੀ ਕਹਿ ਰਹੇ ਨੇ, ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ 2 ਬੱਸਾਂ ਤੋਂ ਘੱਟ ਲੈ ਕੇ ਆਊਂਗਾ। ਉਹਦੇ ਹਿਸਾਬ ਨਾਲ ਲੱਗਦਾ ਹੈ ਕਿ ਇਹ ਬੀਜੇਪੀ ਦੀ ਵੀ ਵੱਡੀ ਰੈਲੀ ਬਣ ਜਾਣੀ ਹੈ। ਸੋ ਆਪਣੇ ਬੈਨਰਾਂ ਦੇ ਨਾਲ, ਆਪਣੇ ਝੰਡਿਆਂ ਦੇ ਨਾਲ ਸਾਰੇ ਵਰਕਰ ਇਕੱਠੇ ਹੋ ਕੇ ਆਉਣਗੇ। ਅੱਜ ਵਰਕਰਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਜਿਹੜੀ ਕਾਂਗਰਸ ਦੀ ਸਰਕਾਰ ਬਣੀ ਹੈ ਉਹ ਝੂਠੇ ਵਾਅਦੇ ਕਰਕੇ ਸਰਕਾਰ ਬਣੀ ਹੈ, ਬਹੁਤ ਵੱਡੇ ਵਾਅਦੇ ਕੀਤੇ ਜਿਹਦਾ ਜਦੋਂ ਵਾਅਦੇ ਦੀ ਗੱਲ ਸੁਣਦਾ ਸੀ ਹਰ ਬੰਦੇ ਦੇ ਮਨ ਦੇ ਵਿੱਚ ਲਾਲਚ ਆ ਜਾਂਦਾ ਸੀ ਕਿ ਯਾਰ ਮੈਨੂੰ ਕੀ ਫਰਕ ਪੈਂਦਾ ਜੇ ਮੇਰਾ ਕਰਜ਼ਾ ਮਾਫ਼ ਹੋ ਜੂਗਾ, ਮੇਰੇ ਬੇਟੇ ਨੂੰ ਨੌਕਰੀ ਮਿਲ ਜੂਗੀ, ਸਰਕਾਰੀ ਨੌਕਰੀ ਮਿਲ ਜੂਗੀ, ਮੇਰੀ ਬੇਟੀ ਨੂੰ ਨੌਕਰੀ ਮਿਲ ਜੂਗੀ, ਸਾਨੂੰ ਸਾਰਾ ਸਾਡਾ ਸੈੱਲ ਫੋਨ ਮਿਲ ਜਾਣਗੇ, ਸਾਡਾ ਆਟਾ ਦਾਲ ਦੇ ਨਾਲ ਸਾਨੂੰ ਘਿਓ ਮਿਲਣ ਲੱਗ ਜੂਗਾ, ਚਾਹ ਦੀ ਪੱਤੀ ਮਿਲਣ ਲੱਗ ਜੂਗੀ, ਜਿਹੜੀ ਪੈਨਸ਼ਨ ਹੈ 500 ਦੀ ਬਜਾਏ ਤੇ ਸਾਨੂੰ 2500 ਰੁਪਇਆ ਮਿਲਣ ਲੱਗ ਜੂਗਾ, ਸਗਨ ਸਕੀਮ 15000 ਦੀ ਬਜਾਏ ਤੇ 51000 ਰੁਪਇਆ ਮਿਲਣ ਲੱਗ ਜੂਗਾ। ਐਡੇ ਐਡੇ ਵਾਅਦੇ ਕੀਤੇ ਇਹਨਾਂ ਨੇ ਕਿ ਜਿਹੜੇ ਹਰ ਬੰਦੇ ਦੇ ਲਾਲਚ ਦੇ ਵਿੱਚ ਆ ਗਏ। ਸਰਕਾਰ ਤਾਂ ਬਣ ਗਈ, ਸਰਕਾਰ ਬਣਨ ਸਾਰੀ ਸਾਰੇ ਵਾਅਦੇ ਤੋਂ ਮੁੱਕਰ ਗਏ, ਜਿਹੜੀਆਂ ਸਕੀਮਾਂ ਚੱਲਦੀਆਂ ਸੀ ਉਹ ਵੀ ਫੇਲ ਹੋ ਗਈਆਂ। ਸੋ ਉਹ ਅਸੀਂ ਸ਼ੁਰੂ ਕੀਤਾ ਹੈ, 1 ਸਾਲ ਅਸੀਂ ਵੇਟ ਕੀਤੀ ਹੈ, 1 ਸਾਲ ਸਾਨੂੰ ਸੀ ਕਿ ਵੀ ਇਹ ਜੋ ਕੰਮ ਜੋ ਵਾਅਦੇ ਨੇ ਕੀਤੇ ਨੇ ਚੰਗੇ ਕੀਤੇ ਨੇ, ਵਧੀਆ ਕੀਤੇ ਨੇ, ਅਤੇ ਜੇ ਪੂਰੇ ਕਰਦੇ ਨੇ ਅਸੀਂ ਐਪਰੀਸ਼ੀਏਟ ਕਰਾਂਗੇ। ਸਾਡੇ ਪ੍ਰਧਾਨ ਸਾਹਿਬ ਨੇ ਵੀ ਇਹ ਗੱਲ ਕਹੀ ਸੀ, ਸਾਹ ਸੁਖਬੀਰ ਸਿੰਘ ਬਾਦਲ ਨੇ ਅਤੇ ਨਾਲ ਸਾਂਪਲਾ ਸਾਹਿਬ ਨੇ ਕਿ ਜੇ ਜੋ ਇਹਨਾਂ ਨੇ ਵਾਅਦੇ ਕਰੇ ਨੇ ਜੇ ਉਹ ਪੂਰੇ ਕਰਦੇ ਨੇ ਤਾਂ ਅਸੀਂ ਐਪਰੀਸ਼ੀਏਟ ਕਰਾਂਗੇ ਕਿ ਵਧੀਆ ਕੰਮ ਕੀਤਾ ਇਹਨਾਂ ਨੇ। ਪਰ ਉਹ ਵਾਅਦੇ ਤਾਂ ਪੂਰੇ ਕੀ ਕਰਨੇ ਸੀ, ਜੋ ਵੈਲਫੇਅਰ ਦੀਆਂ ਸਕੀਮਾਂ ਚੱਲਦੀਆਂ ਸੀ ਉਹ ਬਿਲਕੁਲ ਹੀ ਇਹਨਾਂ ਨੇ ਖੂਹ ਛੱਡਤੀਆਂ, ਸਾਰੀਆਂ ਬੰਦ ਕਰਤੀਆਂ। ਲੋਕ ਪਹਿਲਾਂ ਆਪਣਾ ਕਰਜ਼ਾ ਭਰਦੇ ਸੀ, ਉਹ ਲੋਕਾਂ ਨੇ ਕਰਜ਼ਾ ਨਹੀਂ ਭਰਿਆ, ਅੱਜ ਲੋਕ ਸਾਰੇ ਡਿਫਾਲਟਰ ਹੋ ਗਏ, ਬੈਂਕ ਡਿਫਾਲਟਰ ਹੋ ਗਏ, ਲੋਕਾਂ ਦੀਆਂ ਉੱਥੇ ਆਪਣੀ ਤਸਵੀਰਾਂ ਲਾਉਣੀਆਂ ਸ਼ੁਰੂ ਕਰਤੀਆਂ, ਲੋਕਾਂ ਦੇ ਘਰੇ ਤਰਨੇ ਲਾਉਣੇ ਸ਼ੁਰੂ ਕਰਤੇ, ਲੋਕਾਂ ਨੇ ਸੁਸਾਈਡ ਕਰਨੇ ਸ਼ੁਰੂ ਕਰਤੇ। ਸੋ ਇਹ ਸਰਕਾਰ ਬਿਲਕੁਲ ਫੇਲ ਹੋ ਗਈ, ਅੱਜ ਸਾਰੇ ਵਰਕਰ ਔਖੇ ਨੇ। ਉਹੀ ਕਾਰਨ ਹੈ ਕਿ ਸਾਡੀਆਂ ਜਿਹੜੀਆਂ ਰੈਲੀਆਂ ਦੇ ਵਿੱਚ ਬਹੁਤ ਵੱਡੇ ਵੱਡੇ ਇਕੱਠ ਹੋ ਰਹੇ ਹਨ, ਜਿਹੜਾ ਸਾਡੇ ਇਮੈਜਨਿੰਗ ਤੋਂ ਵੀ ਵੱਡੇ ਵੱਡੇ ਇਕੱਠ ਹੋ ਰਹੇ ਨੇ। ਸੋ ਉਹਦੇ ਸੰਬੰਧ ਵਿੱਚ ਜੇ ਰੈਲੀ ਸੀ, ਮੈਂ ਧੰਨਵਾਦ ਕਰਦਾ ਗਰੇਵਾਲ ਸਾਹਿਬ ਦਾ, ਸਾਰੀ ਉਹਨਾਂ ਦੀ ਟੀਮ ਦਾ ਕਿ ਜਿਨ੍ਹਾਂ ਨੇ ਬਹੁਤ ਵੱਡਾ ਰਿਸਪੋਂਸ ਦਿੱਤਾ ਹੈ ਔਰ ਵਾਅਦਾ ਕੀਤਾ ਹੈ ਕਿ ਸਾਡੇ ਬਹੁਤ ਵਰਕਰ ਜ਼ੋਰ ਸ਼ੋਰ ਦੇ ਨਾਲ ਉੱਥੇ ਰੈਲੀ ਦੇ ਵਿੱਚ ਆਉਣਗੇ। ਦੋਨੋਂ ਜ਼ਿਲ੍ਹਾ ਪ੍ਰਧਾਨ ਨਰਿੰਦਰ ਨਾਗਪਾਲ ਜੀ ਔਰ ਐਸ ਕੇ ਦੇਵ ਜੀ ਪਟਿਆਲਾ ਸ਼ਹਿਰੀ ਦੇ ਸ਼ਾਮਿਲ ਹੋਏ ਨੇ ਅਤੇ ਬਾਕੀ ਪਦਾਧਿਕਾਰੀ ਵੀ ਸ਼ਾਮਿਲ ਹੋਏ ਨੇ ਔਰ ਭਾਰੀ ਤਾਦਾਦ 'ਚ ਸੰਖਿਆ ਆਵੇ, ਸਾਰੀ ਜਗ੍ਹਾ ਤੋਂ ਪਾਰਟੀਸਪੇਸ਼ਨ ਹੋਵੇ ਭਾਰਤੀ ਜਨਤਾ ਪਾਰਟੀ ਦੀ ਔਰ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਿਉਂਕਿ ਇਕੱਠੇ ਨੇ ਔਰ ਇਕੱਠੇ ਹੀ ਅਸੀਂ ਚੋਣਾਂ ਲੜਦੇ ਹਾਂ ਔਰ ਇਸ ਸਰਕਾਰ ਦਾ ਜਿਹੜਾ ਸੰਤਾਪ ਆ ਉਹ ਵੀ ਸਾਡੇ ਵਰਕਰ ਇਕੱਠੇ ਹੀ ਭੁਗਤ ਰਹੇ ਆ, ਸਾਡੇ ਵਰਕਰਾਂ 'ਤੇ ਝੂਠੇ ਮੁਕੱਦਮੇ ਦਰਜ ਹੋ ਰਹੇ ਆ ਔਰ ਸਰਕਾਰ ਅਸੀਂ ਨਹੀਂ ਕਹਿ ਰਹੇ ਸਰਕਾਰ ਦੇ ਬਾਰੇ, ਸਰਕਾਰ ਦੀ ਕੈਬਨਿਟ ਖੁਦ ਕਹਿ ਰਹੀ ਹੈ ਕਿ ਗੁੰਡਾ ਟੈਕਸ ਜਿਹੜਾ ਉਹਨੂੰ ਅਸੀਂ ਹਟਾਉਣਾ। ਗੁੰਡਾ ਟੈਕਸ ਅਸੀਂ ਕਦੇ ਸ਼ਬਦ ਨਹੀਂ ਸੁਣਿਆ ਸੀ, ਇਹ ਇਸੇ ਸਰਕਾਰ ਦੀ ਕੈਬਨਿਟ ਤੋਂ ਸੁਣਿਆ ਜੋ ਮੁੱਖ ਮੰਤਰੀ ਦੀ ਅਗਵਾਈ 'ਚ ਮੀਟਿੰਗ ਹੋ ਰਹੀ ਸੀ। ਇਸੇ ਤਰ੍ਹਾਂ ਜਿਹੜਾ ਸੈਂਡ ਮਾਫੀਆ ਔਰ ਅਸੀਂ ਨਹੀਂ ਇਹਨਾਂ ਦੇ ਬਾਰੇ ਕਹਿ ਰਹੇ, ਇਹਨਾਂ ਦਾ ਹੀ GM ਜਿਹੜਾ ਮਾਈਨਿੰਗ ਆ ਉਹ ਮੁਕੱਦਮਾ ਦਰਜ ਕਰ ਰਿਹਾ, ਉਹਦੀ ਪਿਟਾਈ ਹੋ ਰਹੀ ਹੈ ਔਰ ਉਸ ਦੀ ਵੀ ਨਾ ਤਾਂ ਉਹਨੂੰ ਇਨਸਾਫ ਮਿਲਿਆ ਔਰ ਇਸੇ ਤਰ੍ਹਾਂ ਇਹਨਾਂ ਦੇ ਅਧਿਕਾਰੀ ਹੀ ਇਹਨਾਂ ਬਾਰੇ ਕੰਪਲੇਂਟ ਕਰਦੇ, ਇਹਨਾਂ ਦੇ MLA ਕਰ ਰਹੇ ਆ ਅਤੇ ਉਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਅੱਜ 1 ਸਾਲ ਦੇ ਅੰਦਰ ਜਦੋਂ ਇਹਨਾਂ ਨੇ ਕੋਈ ਸੁਧਾਰ ਨਹੀਂ ਕੀਤਾ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਪੋਲ ਖੋਲ ਰੈਲੀਆਂ ਦੀ ਸ਼ੁਰੂਆਤ ਕੀਤੀ ਹੈ। ਉਸੇ ਲੜੀ ਦੇ ਵਾਰ ਸਮਾਣਾ 'ਚ 11 ਤਰੀਕ ਨੂੰ ਰੈਲੀ ਹੋ ਰਹੀ ਹੈ, ਉਹਦੇ 'ਚ 11 ਮਾਰਚ ਦੀ, ਅਤੇ ਅਸੀਂ ਸਾਰੇ ਭਾਰੀ ਤਾਦਾਦ 'ਚ ਉਹਦੇ 'ਚ ਹਿੱਸਾ ਲਵਾਂਗੇ ਅਤੇ ਸਾਡੇ ਸਾਰੇ ਹੀ ਵਰਕਰਾਂ 'ਚ ਔਰ ਉਤਸ਼ਾਹ ਹੈਗਾ ਔਰ ਮੈਂ ਸਮਝਦਾ ਕਿ ਇਹਦੇ ਨਾਲ ਸਰਕਾਰ ਨੂੰ ਘੱਟ ਤੋਂ ਘੱਟ ਐਕਸਪੋਜ਼ ਜ਼ਰੂਰ ਹੋਏਗੀ, ਨੱਕ ਤਾਂ ਇਸ ਸਰਕਾਰ ਨੂੰ ਕੀ ਪੈਣੀ ਹੈ, ਨਾ ਤਾਂ ਇਹਨਾਂ ਨੂੰ ਲੋਕ ਪਾਉਣਗੇ ਕਿ ਲੋਕ ਇੰਨੇ ਜ਼ਿਆਦਾ ਦੁਖੀ ਹੋ ਗਏ ਆ। ਪੂਰੇ ਪੰਜਾਬ ਵਿੱਚ ਬੀਜੇਪੀ ਤਰਫੋਂ, ਬੀਜੇਪੀ ਅਕਾਲੀ ਤਰਫੋਂ ਪੋਲ ਖੋਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ। ਇਸੀ ਲੜੀ ਵਿੱਚ 11 ਤਰੀਕ ਸਮਾਣਾ ਨੂੰ ਹੋਣ ਵਾਲੀ ਰੈਲੀ ਨੂੰ ਲੈ ਕੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਇੱਕ ਪਟਿਆਲੇ ਵਿੱਚ ਪ੍ਰੈਸ ਵਾਰਤਾ ਕੀਤੀ।